ਇੱਕ ਅੱਧੇ ਦਿਨ 'ਚ ਕਲੰਦਰ ਵੀ ਆ ਜਾਣਾ, ਅਤੇ ਜਿਵੇਂ ਛੋਟੂ ਨੇ ਸੁਣਾਇਆ ਕਿ ਵਿਸ਼ਨਾਹ ਟੂਰਨਾਮੈਂਟ 'ਚ ਵੀ ਸਾਡੇ ਉਹ ਵੀ ਆ ਜਾਣਾ ਦੋਨੋਂ। ਅਗਰ ਕੋਈ ਦੋਸਤ ਇਹਦੇ 'ਚ ਇੰਟਰਸਟਡ ਹੋਏ ਹੋਰ ਵੀ, ਤਾਂ ਅਸੀਂ ਉਹ ਕੋਈ ਬੈਨ ਨਹੀਂ ਹੈ ਕੁਸਾ ਰੱਖਿਆ ਕਿ ਅਸ ਕੁਸਾ ਸ਼ੌਂਕ ਖਰਾਬ ਨਹੀਂ ਕਰਨਾ ਚਾਹੁੰਦੇ ਕਿ ਅਗਰ ਕੁਸਾ ਦੇ ਮਨ ਦੀ ਤਮੰਨਾ ਹੋਏ ਤਾਂ ਆਹ ਕਹੀਏ ਵੀ ਨਹੀਂ ਬਾਈ ਅਸੀਂ ਹੁਣ ਪੋਸਟਰ ਕੱਢ ਉੜਿਆ ਤੇਰੀ ਇੰਟਰੀ ਨਹੀਂ ਲੈਣੀ। ਅਗਰ ਅਸ ਸ਼ੌਂਕ ਵਧਾਉਣਾ ਚਾਹੁੰਦੇ ਹਾਂ, ਸ਼ੌਂਕ ਹੀ ਘਟਾਉਣਾ ਨਹੀਂ ਚਾਹੁੰਦੇ, ਅਗਰ ਫਿਰ ਵੀ ਦੇਖੋ ਅੱਜ ਅਸੀਂ ਕਲੋਜ਼ ਕਰ ਉੜੀਆਂ ਛੱਤਾਂ ਹਰ ਕੋ ਆ ਗਈਆਂ ਨੇ, ਲੇਕਿਨ ਫਿਰ ਵੀ ਅਗਰ ਕੋਈ ਸ਼ੌਕੀਨ ਬੰਦਾ ਹੋਏਗਾ ਉਹ ਅਸ ਬਹਿ ਕੇ ਸਾਰੇ ਮੈਂਬਰ ਸਲਾਹ ਕਰਕੇ ਉਸਦਾ ਸ਼ੌਂਕ ਨਹੀਂ ਖਰਾਬ ਕਰਾਂਗੇ, ਉਹਦੀ ਇੰਟਰੀ ਲੈਤੀ ਜਾਏਗੀ। ਨਮਸਕਾਰ ਦੋਸਤੋ, ਮੈਂ ਅਸ਼ੋਕ ਕੁਮਾਰ ਅੱਛੀ, ਦੋਸਤਾਨਾ ਪਿਜਨ ਕਾ ਕਲੱਬ ਕਾ ਚੇਅਰਮੈਨ। ਤੋ ਮੈਂ ਅੱਜ ਆਪਣੇ ਦੋਸਤਾਨਾ ਪਿਜਨ ਕਲੱਬ ਕੇ ਜਿਤਨੇ ਵੀ ਮੈਂਬਰਸ ਹੈ ਉਨਕੋ ਮੇਰੀ ਤਰਫ ਸੇ ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ। ਆਜ ਹਮ ਮੇਰੇ ਸਾਥ ਬੈਠੇ ਹੋਏ ਹੈ ਮੇਰੇ ਛੋਟੂ ਬਾਈ ਵਿਸ਼ਨਾ ਸੇ, ਦੀਪਾ ਬਾਈ ਔਰ ਅਮਿਤ ਭਈਆ। ਤੋ ਬੜੇ ਦਿਨੋਂ ਸੇ ਹਮੇ ਕਾਲ ਔਰ ਫੋਨ ਆ ਰਹੇ ਥੇ ਕਿ ਟੂਰਨਾਮੈਂਟ ਕਾ ਜੋ ਕਲੰਡਰ ਨਿਕਾਲਨਾ ਹੈ, ਤੋ ਉਸ ਵਿਸ਼ੇ ਮੇਂ ਆਜ ਹਮ ਸਭ ਬੈਠੇ ਹੈਂ। ਤੋ ਵਿਦ ਇਨ ਡੇ ਮੇਂ ਹਮਾਰਾ ਕਲੰਡਰ ਦੇ ਰਹੇ ਹਾਂ, ਹਮ ਨਿਕਾਲ ਰਹੇ ਹਾਂ। ਤੋ ਸਭਕੋ ਵਿਸ਼ਿਸ ਹੈ ਯੇ ਕਿ ਇੱਕਜੁੱਟ ਹੋ ਕੇ ਮਿਲ ਜੁਲ ਕਰ ਪਿਆਰ ਵਾਪਸੇ ਇਸ ਸ਼ੌਂਕ ਕੋ ਜੋ ਹਮਨੇ ਕਬੂਤਰਬਾਜ਼ੀ ਕਾ ਜੋ ਸ਼ੌਂਕ ਹੈ, ਜੋ ਟੂਰਨਾਮੈਂਟ ਹਮਨੇ ਦੋਸਤਾਨਾ ਪਿਜਨ ਕਲੱਬ ਬਣਾਇਆ, ਤੋ ਸਭੀ ਬਾਈਓਂ ਕੋ ਯੋਗਦਾਨ ਸੇ ਤੋ ਯੇ ਜੋ ਟੂਰਨਾਮੈਂਟ ਹਮ ਕਰਵਾ ਰਹੇ ਹੈਂ। ਤੋ ਬੜੀ ਅੱਛੀ ਫੇਅਰ ਟੂਰਨਾਮੈਂਟ ਹੋਣੇ ਵਾਲੀ ਹੈ, ਅੱਛੀ ਟੂਰਨਾਮੈਂਟ ਹੋਣੇ ਵਾਲੀ ਹੈ ਔਰ ਅੱਛਾ ਸ਼ੌਂਕ ਔਰ ਅੱਛਾ ਇੱਕ ਮੈਸੇਜ ਸਮਾਜ ਮੇਂ ਹਮ ਦੇ ਰਹੇ ਹੈਂ। ਤੋ ਬਹੁਤ ਬਹੁਤ ਮੁਬਾਰਕ ਦੋਸਤਾਨਾ ਪਿਜਨ ਕਲੱਬ ਕੇ ਸਭੀ ਮੈਂਬਰੋਂ ਕੋ। ਤੋ ਮੈਂ ਛੋਟੂ ਭਈਆ ਕੋ ਜੇ ਰਿਕੁਐਸਟ ਕਰਤਾ ਹੂੰ ਕਿ ਵੋ ਵੀ ਆਪਣੇ ਵਿਚਾਰ ਰੱਖੇ। ਜੈਸਾ ਕਿ ਸਭੀ ਬਾਈਓ ਕੋ ਪਤਾ ਹੈ ਕਿ ਇੱਕ ਦੋਸਤਾਨਾ ਪਿਜਨ ਕਲੱਬ ਇੱਕ ਗ੍ਰੈਂਡ ਟੂਰਨਾਮੈਂਟ ਕਰਾ ਰਿਹਾ, ਜੈਸੇ ਕਿ ਸ਼ੀ ਭਈਆ ਨੇ ਬੋਲਾ ਅਭੀ। ਤੋ ਉਸੀ ਕੇ ਅਕਾਰਡਿੰਗ ਆਜ ਮੀਟਿੰਗ ਸੀ ਤੇ ਬੈਠੇ ਹੋਏ ਥੇ ਸਭੀ ਜਿਤਨੇ ਵੀ ਹਮਾਰੇ ਮੇਨ ਮੈਂਬਰ ਹੈ ਯਹਾਂ ਪੇ। ਤੋ ਇਸਮੇ ਅਭੀ ਡਿਸਾਈਡ ਹੋ ਗਿਆ ਕਿ ਸਭੀ ਸਾਰੇ, ਜੈਸੇ ਭਈਆ ਨੇ ਬੋਲਾ ਕਿ ਸਭੀ ਬੰਦੇ ਕਾਲਸ ਵਗੈਰਾ ਆ ਰਹੀ ਥੀ ਕਿ ਕੈਲੰਡਰ ਵਗੈਰਾ ਕੇ ਲੀਏ, ਤੋ ਆਜ ਬੈਠ ਕੇ ਯਹੀ ਤੈਅ ਹੋਗਾ ਕਿ ਜਲਦ ਸੇ ਜਲਦ ਹਮ ਕੈਲੰਡਰ ਨਿਕਾਲ ਰਹੇ ਹੈ ਇਨਾਮੋਂ ਕਾ ਵੀ ਔਰ ਉਸਕੇ ਅਲਾਹਦਾ ਜੋ ਵੀ ਰੂਲ ਵਗੈਰਾ ਹਮਨੇ ਡਿਸਾਈਡ ਕੀਏ ਹੈ ਤੋ ਉਸਕਾ ਵੀ ਕਰ ਦੇਂਗੇ ਡਿਕਲੇਅਰ, ਆਜ ਕੱਲ੍ਹ ਮੇਂ ਹੋ ਜਾਏਗਾ ਯੇ ਫਾਈਨਲ। ਤੋ ਇਸਕੇ ਬਾਅਦ ਮੈਂ ਜੋ ਆਪਣੇ ਪਿਜਨ ਸਪੋਰਟਸ ਕਲੱਬ ਬਿਸ਼ਨਾਹ ਕੀ ਤਰਫ ਸੇ ਜੋ ਟੂਰਨਾਮੈਂਟ ਕਰਾਤੇ ਹੈ ਹਮ ਉਸਕੇ ਬਾਰੇ ਮੇਂ ਵੀ ਇਧਰ ਬਾਤਚੀਤ ਹੋਈ ਆਜ, ਉਸਕੀ ਵੀ ਜੋ ਛੱਤੇ ਵਗੈਰਾ ਆਜ ਫਾਈਨਲ ਹੋ ਗਈ ਹੈ, ਜਿਤਨੀ ਸਾਰੀ ਹੋਈ ਹੈ ਉਹ ਹਮਾਰੇ ਸਾਰੇ ਬਾਈ ਬੈਠ ਕੇ ਇੱਧਰ ਹੋ ਗਈ ਆ ਸਲਾਹ ਮਸ਼ਵਰਾ। ਹਾਂ, ਦੋਨੋਂ ਕੈਲੰਡਰ ਇੱਕ ਦੋ ਦਿਨ ਮੇਂ ਫਾਈਨਲ ਹੋ ਜਾਏਗੇ। ਤੋ ਬਾਕੀ ਦੀਪੇ ਭਈਆ ਕੁਛ ਬੋਲਣਾ ਚਾਹੇਂਗੇ ਤੋ ਉਹ ਵੀ ਬੋਲ ਲੈ। ਦੋਸਤਾਨਾ ਪਿਜਨ ਕਲੱਬ ਦੇ ਸਾਰੇ ਮੈਂਬਰ ਨਮਸਕਾਰ ਜੀ, ਅਤੇ ਜਿੰਨੇ ਵੀ ਸਾਡੇ ਇਸ ਵੀਡੀਓ ਜੀ ਦੇਖਣ ਵਾਲੇ ਸਾਰੇ ਸਪੋਰਟਰ ਉਹਨੇ ਵੀ ਨਮਸਕਾਰ। ਦੋਸਤੋ, ਅਸੀਂ ਇੱਕ ਗ੍ਰੈਂਡ ਟੂਰਨਾਮੈਂਟ, ਜਿਵੇਂ ਸਾਡੇ ਪ੍ਰਧਾਨ ਉਹਨੇ ਦੱਸਿਆ ਕਿ ਗ੍ਰੈਂਡ ਟੂਰਨਾਮੈਂਟ ਅਨਾਊਂਸ ਕੀਤੀ ਸੀ, ਉਸ ਦੇ ਵਿੱਚ ਜੋ ਅਸੀਂ ਨਾਮ ਉਸ ਪੋਸਟਰ 'ਚ ਕੱਢੇ ਉਹ ਨਾਮ ਨੇ ਸੇਮ ਸਾਰੇ, ਉਹਦੇ 'ਚ ਕੋਈ ਲੈਸ ਨਹੀਂ ਹੋਇਆ, ਕੋਈ ਵਧਿਆ ਨਹੀਂ, ਸਾਰੇ ਲਗਭਗ 60 ਛੱਤਾਂ ਸਾਡੇ ਕੋਲ ਆ ਚੁੱਕੀਆਂ ਨੇ ਉਹਦੀਆਂ, ਜਿਹਦੇ ਵਿੱਚੋਂ
10 ਛੱਤਾਂ ਸਾਨੂੰ ਬਿਸ਼ਨਾਹ ਤੋਂ ਆਈਆਂ, 10 ਸੋੜੇ ਤੋਂ ਆਈਆਂ, ਆਸਪੁਰਾ ਤੋਂ ਆ ਗਈਆਂ 20-25 ਛੱਤਾਂ, ਅਮਿਤੂ ਦੀਆਂ ਛੱਤਾਂ ਆਈਆਂ ਨੇ, ਸਾਨੂੰ ਅਖਨੂਰ ਤੋਂ ਵੀ ਛੱਤਾਂ ਆਈਆਂ ਨੇ, 7-8 ਛੱਤਾਂ ਸਾਡੀਆਂ ਅਖਨੂਰ ਤੋਂ ਆਈਆਂ ਨੇ। ਬਹੁਤ ਅੱਛਾ ਇੱਕ ਮੈਸੇਜ ਹੈ ਦੋਸਤਾਨਾ ਪਿਜਨ ਕਲੱਬ ਦੀ ਤਰਫੋਂ ਕਿ ਇੱਕ ਪਹਿਲਾ ਟੂਰਨਾਮੈਂਟ ਅਸੀਂ ਕਰਵਾਉਣੇ ਜਾ ਰਹੇ ਹਾਂ, ਅਤੇ ਜਿਹਦੇ ਵਿੱਚ ਸਾਨੂੰ ਬਹੁਤ ਅੱਛਾ ਸੰਯੋਗ ਮਿਲਿਆ ਦੋਸਤਾਂ ਦਾ ਕਿ ਹਰ ਸਾਈਡ ਤੋਂ ਹਰ ਨੁੱਕਰ ਤੋਂ ਸਾਨੂੰ ਛੱਤਾਂ ਆਈਆਂ ਨੇ, ਅਤੇ ਜੋ ਅਸੀਂ ਨਾਮ ਇਹਦੇ 'ਚ ਲਾਂਚ ਕੀਤੇ ਆ ਸਾਡੇ ਚੇਅਰਮੈਨ ਸਾਹਿਬ ਨੇ ਉਹੋ ਹੀ ਨਾਮ ਸੇਮ ਪਹਿਲਾ ਨਾਮ ਕਾਰ, ਜੈਸੇ ਵੀ 10 ਨਾਮ ਨੇ, 4 ਵਧੇ ਰਿੰਗਾਂ ਨੇ ਸੋਨੇ ਦੀਆਂ, ਸੇਮ ਉਹੀ ਸਾਰੇ ਨਾਮ ਬਿਲਕੁਲ ਉਹੀ ਦੇਣ ਦਾ ਸਾਂ ਤੈਅ ਹੋ ਚੁੱਕਿਆ। ਅਤੇ ਇਹਦੇ ਵਿੱਚ ਰੂਲ ਰੈਗੂਲੇਸ਼ਨ ਜੋ ਅਸੀਂ ਬਣਾਏ ਦੇ ਉਹ ਕੈਲੰਡਰ 'ਚ ਆ ਜਾਣੇ ਨੇ, ਉਹ ਤੁਸੀਂ ਲੈ ਲੈਣੇ ਨੇ। ਇਹਦੇ 'ਚ ਵਿਦਿਨ ਇੱਕ ਅੱਧੇ ਦਿਨ 'ਚ ਕੈਲੰਡਰ ਵੀ ਆ ਜਾਣਾ, ਅਤੇ ਜਿਵੇਂ ਛੋਟੂ ਨੇ ਸੁਣਾਇਆ ਕਿ ਵਿਸ਼ਨਾਹ ਟੂਰਨਾਮੈਂਟ 'ਚ ਵੀ ਸਾਡੇ ਉਹ ਵੀ ਆ ਜਾਣਾ ਦੋਨੋਂ। ਅਗਰ ਕੋਈ ਦੋਸਤ ਇਹਦੇ 'ਚ ਇੰਟਰਸਟਡ ਹੋਏ ਹੋਰ ਵੀ, ਅਤੇ ਅਸੀਂ ਉਹ ਕੋਈ ਬੈਨ ਨਹੀਂ ਹੈ ਕੁਸਾ ਵੀ ਰੱਖਿਆ ਕਿ ਅਸ ਕੁਸਾ ਸ਼ੌਂਕ ਖਰਾਬ ਨਹੀਂ ਕਰਨਾ ਚਾਹੁੰਦੇ, ਕਿ ਅਗਰ ਕੁਸਾ ਦੇ ਮਨ ਦੀ ਤਮੰਨਾ ਹੋਏ ਤਾਂ ਆਹ ਕਹੀਏ ਵੀ ਨਹੀਂ ਬਾਈ ਅਸੀਂ ਹੁਣ ਪੋਸਟਰ ਕੱਢ ਉੜਿਆ ਤੇਰੀ ਇੰਟਰੀ ਨਹੀਂ ਲੈਣੀ। ਅਗਰ ਅਸ ਸ਼ੌਂਕ ਵਧਾਉਣਾ ਚਾਹੁੰਦੇ ਹਾਂ, ਸ਼ੌਂਕ ਹੀ ਘਟਾਉਣਾ ਨਹੀਂ ਚਾਹੁੰਦੇ, ਅਗਰ ਫਿਰ ਵੀ ਦੇਖੋ ਅੱਜ ਅਸੀਂ ਕਲੋਜ਼ ਕਰ ਉੜੀਆਂ ਨੇ ਛੱਤਾਂ ਹਰ ਕੋ ਆ ਗਈਆਂ ਨੇ, ਲੇਕਿਨ ਫਿਰ ਵੀ ਅਗਰ ਕੋਈ ਸ਼ੌਕੀਨ ਬੰਦਾ ਹੋਏਗਾ ਉਹ ਅਸ ਬਹਿ ਕੇ ਸਾਰੇ ਮੈਂਬਰ ਸਲਾਹ ਕਰਕੇ ਉਸਦਾ ਸ਼ੌਂਕ ਨਹੀਂ ਖਰਾਬ ਕਰਾਂਗੇ, ਉਹਦੀ ਇੰਟਰੀ ਲੈਤੀ ਜਾਏਗੀ। ਲਗਭਗ ਜਿਹੜੀ ਗ੍ਰੈਂਡ ਟੂਰਨਾਮੈਂਟ ਹੈ ਇਹ ਛੱਤਾਂ ਹਰ ਕੋ 60 ਆ ਚੁੱਕੀਆਂ ਨੇ ਅਤੇ ਫਾਈਨਲ ਹੋ ਚੁੱਕਿਆ, ਔਰ ਇਸਦੀ ਡੇਟ ਜਿਹੜੀ ਸਾਡੇ ਚੇਅਰਮੈਨ ਸਾਹਿਬ ਨੇ ਕੱਢੀ ਸੀ 20/24 ਨੂੰ ਉਹ ਡੇਟ ਹੈ, ਅਤੇ ਚੇਂਜਿੰਗ ਕੋਈ ਨਹੀਂ। ਜੋ ਅਸਾਂ ਪਹਿਲੇ ਦਿਨ ਤੋਂ ਰੂਲ ਬਣਾਏ ਸੀ ਉਹ ਰੂਲ ਨੇ, ਜੋ ਅਸਾਂ ਡੇਟਾਂ ਕੱਢੀਆਂ ਉਹ ਡੇਟਾਂ ਨੇ, ਅਤੇ ਇਹ ਸਾਰੀ ਫਾਈਨਲ ਹੈ, ਇਹ ਵਿਦਨ ਡੇ ਤੁਹਾਨੂੰ ਮਿਲ ਜਾਏਗਾ। ਅਤੇ ਜਿਹੜੀ ਬਿਸ਼ਨਾਹ ਵਾਲੀ ਡੇਟ ਹੈ ਉਹ ਛੋਟੂ ਬਈਆ ਔਰ ਦੱਸ ਦੇਣਗੇ, ਉਹ ਵੀ ਮੇਰੇ ਖਿਆਲ 26 ਹੀ ਹੈ, ਉਹ ਵੀ ਆਲਰੇਡੀ ਲਾਂਚ ਹੋ ਚੁੱਕੀ ਹੈ 20/24 ਗ੍ਰੈਂਡ ਟੂਰਨਾਮੈਂਟ, ਅਤੇ 26/26 ਨੂੰ ਆ ਗਈ ਬਿਸ਼ਨਾਹ ਵਾਲੀ, ਇਹ ਸਾਡੀਆਂ ਫਾਈਨਲ ਨੇ, ਇਹਦੇ ਕੋਈ ਚੇਂਜ ਨਹੀਂ ਹੈ। ਬਾਕੀ ਇੱਕ ਹੋਰ ਇੱਕ ਮੈਸੇਜ ਇਸੇ ਦੇ ਦਿੰਦੇ ਹਾਂ ਇਸੇ ਟੂਰਨਾਮੈਂਟ 'ਚ, ਜਿਹੜੀ ਸਾਡੀ ਪੰਜਾਬ ਵਰਸਿਸ ਦੋਸਤਾਨਾ ਪਿਜਨ ਕਲੱਬ ਦੀ ਟੂਰਨਾਮੈਂਟ ਹੈ ਉਹ ਵੀ ਸਾਡੀ ਫਾਈਨਲ ਹੈ, ਪੰਜਾਬ ਵਾਲਿਆਂ ਆਪਣੀਆਂ ਐਂਟਰੀਆਂ ਲੈ ਚੁੱਕੇ ਦੇ ਨੇ, ਸਾਡਾ ਗੱਲਬਾਤ ਹੁੰਦੇ ਕਹਿੰਦਾ ਟਾਈਮ ਟੂ ਟਾਈਮ ਹੋਵਾ ਦੀ, ਸਾਡੀਆਂ ਵੀ ਇੱਥੋਂ 15 ਐਂਟਰੀਆਂ ਜਿਹੜੀਆਂ ਬਿਲਕੁਲ ਰੈਡੀ ਨੇ, ਤਿਆਰ ਨੇ ਸਾਡੀਆਂ ਛੱਤਾਂ। ਇਹ ਵੀ ਟੂਰਨਾਮੈਂਟ ਸਾਡੀ ਇਸ ਦੀ ਡੇਟ ਹੈ ਜਿਹੜੀ ਇਹ ਅਸ 5-7 ਦਿਨ 'ਚ ਇਹ ਵੀ ਲਾਂਚ ਕਰ ਦਾਂਗੇ, ਸਿਰਫ ਇਹਦੀ ਡੇਟ ਲਾਂਚ ਕਰਨੀ ਆ, ਟੂਰਨਾਮੈਂਟ ਬਿਲਕੁਲ ਪੀਕ ਵਰ ਹੈ, ਇਹ ਵੀ 15 ਛੱਤਾਂ ਆਉਂਦੀਆਂ ਵੀ ਹੋ ਚੁੱਕੀਆਂ, 15 ਛੱਤਾਂ ਸਾਡੀਆਂ ਵੀ ਹੋ ਚੁੱਕੀਆਂ, ਇਸ ਦੀ ਡੇਟ ਹੈ ਜਿਹੜੀ ਤੁਹਾਨੂੰ ਅਸੀਂ ਉਹਦੇ ਨਾਲ ਬੈਠ ਕੇ ਉਹ ਵੀ ਇੱਕ ਵੀਡੀਓ ਆ ਜਾਏਗੀ, ਅਤੇ ਸਾਡੀਆਂ ਟੂਰਨਾਮੈਂਟਾਂ ਪੀਕ ਵਰ ਨਾ ਚੱਲੀ। ਬਿਲਕੁਲ ਕੋਲ ਆਏ ਅੱਜ ਮੇਰੇ ਕੋਲ ਆਏ ਨੇ ਛੋਟੂ ਭਾਅ ਜੀ, ਦੀਪਾ ਭਾਅ ਜੀ, ਅਮਿਤ ਭਾਅ ਜੀ, ਆਪਣਾ ਮਾਈਕਲ ਹੋਰਨ, ਆਪਣੇ ਅੱਜੂ ਹੋਰਨ, ਕਿੰਨਾ ਭਾਈ ਸਾਹਿਬ ਦਾ ਛੋਟੂ ਹੋਰ, ਇਹ ਵੀ ਛੋਟੂ ਵਿਸ਼ਨਾਹ ਤੋਂ ਆਏ ਦੇ ਨਾ ਅਤੇ ਨੌਂ ਗ੍ਰਾਂ ਵਾਲੇ, ਅਤੇ ਮੈਂ ਸਾਰਿਆਂ ਦਾ ਤਹਿ ਦਿਲ ਨਾਲ ਸ਼ੁਕਰੀਆ ਅਦਾ ਕਰਨਾ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਕੱਢਿਆ ਔਰ ਇਸ ਦੋਸਤਾਨਾ ਪੀਜਨ ਕਲੱਬ ਨੂੰ ਆਪਣਾ ਕੀਮਤੀ ਟਾਈਮ ਦੇ ਕੇ, ਅਤੇ ਜਿਹੜਾ ਇਹਨਾਂ ਨੇ ਇੱਕ ਸਮਾਜ 'ਚ ਯੁਵਾ ਪੀੜ੍ਹੀ ਵਾਸਤੇ ਜਿਹੜਾ ਅਸੀਂ ਇੱਕ ਸਾਰੇ ਇਕਜੁੱਟ ਹੋ ਕੇ ਜਿਹੜੀ ਅਸੀਂ ਮੁਹਿੰਮ ਚਲਾਈ ਦੀ ਹੈ ਕਿ ਨਸ਼ੇ ਦੇ ਖਿਲਾਫ ਜਿਹੜੇ ਅਸੀਂ ਇੱਕ ਦੂਸਰੇ ਦੇ ਕੰਧਾਂ ਨਾਲ ਕੰਧਾਂ ਮਿਲਾ ਕੇ ਖੜ੍ਹੇ ਹਾਂ, ਉਹ ਨਸ਼ੇ ਦੇ ਖਿਲਾਫ ਅਸੀਂ ਜਿਹੜੀ ਮੁਹਿੰਮ ਚਲਾਈ ਹੈ ਉਹਦੇ ਵਾਸਤੇ ਕੋਈ ਵੀ ਭਰਾ ਪੀੜਿਤ ਹੈ ਜਿਹੜਾ ਕੋਈ ਸੈਂਟਰ ਜਾਣਾ ਚਾਹੁੰਦਾ ਉਹ ਛੋਟੂ ਭਾਅ ਜੀ ਨਾਲ, ਦੀਪੇ ਭਾਅ ਜੀ ਨਾਲ, ਅਮਿਤ ਭਾਅ ਜੀ ਨਾਲ, ਮੇਰੇ ਨਾਲ ਕੰਟੈਕਟ ਕਰ ਸਕਦਾ, ਉਹਦੀ ਅਸੀਂ ਦਿਲ ਜਾਨ ਤੋਂ ਉਹਦੀ ਹੈਲਪ ਕਰਾਂਗੇ, ਮਦਦ ਕਰਾਂਗੇ ਪੂਰੀ ਫੋਰਐਵਰ। ਬਾਕੀ ਇਸ ਤੋਂ ਜ਼ਿਆਦਾ ਨਾ ਕਹਿੰਦੇ ਹੋ, ਮੈਂ ਆਪਣੇ ਦੋਸਤਾਂ ਨਾਲ ਪੀਜਨ ਕਲੱਬ ਦੇ ਜਿੰਨੇ ਵੀ ਮੈਂਬਰ ਹਨ
ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਹੈ ਟੂਰਨਾਮੈਂਟ ਦੀ। ਜੈ ਹਿੰਦ, ਜੈ ਭਾਰਤ, ਜੈ ਸ਼੍ਰੀ ਰਾਮ, ਸਤਿ ਸ਼੍ਰੀ ਅਕਾਲ ਅਦਾਬ।